ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਕੈਨੇਡਾ ਤੋਂ। ਵਿਦੇਸ਼ੀ ਵਿਦਿਆਰਥੀਆਂ ਬਾਰੇ ਆ ਰਹੀ ਹੈ ਵੱਡੀ ਮਾੜੀ ਖਬਰ। ਸੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ। ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ। ਪੰਜਾਬ ਦੇ ਨੌਜਵਾਨ ਕਿੰਨੀਆਂ ਔਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤੇ ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀਆਂ ਪੜਾਈਆਂ ਪੂਰੀਆਂ ਕਰਨ ਦੇ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਘਰ ਜ਼ਮੀਨਾਂ ਮਕਾਨ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਵਿਦੇਸ਼ਾਂ ਦੇ ਵੱਲ ਨੌਜਵਾਨਾਂ ਦਾ ਰੁਝਾਨ ਵਧੇਰੇ ਵਧਦਾ ਜਾ ਰਿਹਾ ਹੈ ਤੇ ਨੌਜਵਾਨ ਪੀੜ੍ਹੀ ਪੜ੍ਹਾਈ ਦੇ ਲਈ ਪੂਰੀ ਕਰਨ ਦੇ ਲਈ ਇੰਟਰਨੈਸ਼ਨਲ ਵਿਦਿਆਰਥੀ ਦੇ ਵਜੋਂ ਤਾਂ ਵਿਦੇਸ਼ ਵਿੱਚ ਚਲੀ ਜਾਂਦੇ ਆ ਪਰ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸੇ ਦੇ ਚੱਲਦੇ ਹੋਏ ਹੁਣ ਇੱਕ ਹੋਰ ਵੱਡੀ ਮੁਸੀਬਤ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਸਾਹਮਣੇ ਆ ਰਹੀ ਹੈ ਇੰਟਰਨੈਸ਼ਨਲ ਮਧਿਆਰਥੀਆਂ ਦੇ ਰਾਹ ਦੇ ਵਿੱਚ ਰੁੜੇ ਦਾ ਕੰਮ ਕਰੇਗੀ ਇਹ ਵੱਡੀ ਮੁਸੀਬਤ ਜੋ ਵਿਦਿਆਰਥੀ ਪੜ੍ਹਨ ਦੇ ਲਈ ਕੈਨੇਡਾ ਵਿੱਚ ਜਾ ਰਹੇ ਹਨ ਜਾਂ ਉਥੇ ਪਹੁੰਚ ਚੁੱਕੇ ਹਨ ਉਹ ਹੁਣ ਇੱਕ ਨਵੀਂ ਮੁਸੀਬਤ ਦੇ ਕਿਰੇ ਵਿੱਚ ਆ ਚੁੱਕੇ ਹਨ ਜਿਸ ਤਰ੍ਹਾਂ ਕਰੋਨਾ ਦੇ ਚੱਲਦੇ ਹੋਏ ਹਰ ਮੁਲਕ ਦੇ ਵੱਲੋਂ ਕਰੋਨਾ ਤੋਂ ਬਚਾਅ ਦੇ ਲਈ ਸਖਤ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਹੋਏ ਹੁਣ ਜੋ ਵਿਦਿਆਰਥੀ ਕੈਨੇਡਾ ਜਾ ਰਹੇ ਹਨ ਤੇ 14 ਦਿਨਾਂ ਦੇ ਇਕਾਂਤਵਾਸ ਦੇ ਲਈ ਹੁਣ ਕਮਰਾ ਲੈਣਾ ਪਹੁੰਚ ਤੋਂ ਬਾਅਦ ਹੁੰਦਾ ਜਾ ਰਿਹਾ ਹੈ ਕਿਉਂਕਿ ਹੁਣ ਜਿਨ੍ਹਾਂ ਦੇ ਕੋਲ ਇਕਾਂਤਵਾਸ ਦੇ ਲਈ ਕਮਰਾ ਲੈਣਾ ਹੁੰਦਾ ਹੈ ਹੁਣ ਉਹ ਲੋਕ ਹੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਨਜ਼ਰ ਆ ਰਹੇ ਹਨ ਦਰਸਲ ਹੋਟਲ ਕਵਾਰੈਂਟਾਈਨ ਤੋਂ ਬਾਅਦ 14 ਦਿਨਾਂ ਦੇ ਲਈ ਇਕਾਂਤਵਾਸ ਦੇ ਲਈ ਕਮਰਾ ਲੈਣਾ ਹੁਣ ਕਿਸੇ ਵੀ ਆਫਤ ਤੋਂ ਘੱਟ ਨਹੀਂ ਹੈ ਕਿਉਂਕਿ ਹੁਣ ਮੌਕੇ ਦਾ ਫਾਇਦਾ ਦੇਖ ਕੇ ਮਕਾਨ ਮਾਲਕਾਂ ਨੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ ਹੁਣ ਜਿਸ ਤਰ੍ਹਾਂ ਦੇ ਨਾਲ ਮਕਾਨ ਮਾਲਕਾ ਲਗਾਤਾਰ ਕੈਨੇਡਾ ਦੇ ਵਿੱਚ ਮਕਾਨਾਂ ਦੇ ਕਿਰਾਏ ਵਧਾ ਰਹੇ ਹਨ ਤੇ ਉੱਥੇ ਹੀ ਵਿਦਿਆਰਥੀਆਂ ਦੇ ਨਾਲ ਆਰਥਿਕ ਬੋਝ ਹੋਰ ਵੱਧਦਾ ਨਜ਼ਰ ਆ ਰਿਹਾ ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਪਹਿਲਾਂ ਹੀ ਕੋਰੋਨਾ ਨੇ ਲੋਕਾਂ ਦਾ ਆਰਥਿਕ ਹਾਲਾਤਾਂ ਪੱਖੋਂ ਕਿੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਹੁਣ ਇਹ ਕੋਰੋਨਾ ਦੇ ਨਾਮ ਦੇ ਉੱਪਰ ਵਿਦਿਆਰਥੀਆਂ ਦੇ ਨਾਲ ਹੋ ਰਹੀ ਕੈਨੇਡਾ ਦੇ ਵਿੱਚ ਠੱਗੀ ਬੇਅਦਾਹੀ ਚਿੰਤਾ ਦੇ ਵਿੱਚ ਪਾ ਦੇਣ ਵਾਲਾ ਵਿਸ਼ਾ ਹੈ